ਸਵਾਗਤ ਹੈ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਵਿੱਚ। ਤੇ ਦੋਸਤੋ ਤੁਹਾਨੂੰ ਕਿਹਾ ਸੀ ਕਿ ਛੁੱਟੀ ਤੋਂ ਬਾਅਦ ਇਹਨਾਂ ਦਾ ਆਫੀਸ਼ੀਅਲ ਅਪਡੇਟ ਆ ਜਾਏਗਾ। ਤੇ ਦੋਸਤੋ ਤੁਸੀਂ ਇੱਥੋਂ ਦੇਖ ਸਕਦੇ ਹੋ, ਇਹਨਾਂ ਨੇ ਜਿਹੜਾ ਹੈ ਨਵਾਂ ਆਫੀਸ਼ੀਅਲ ਨੋਟੀਫਿਕੇਸ਼ਨ ਇੱਥੇ ਜਾਰੀ ਕਰ ਦਿੱਤਾ ਹੈ। ਦੋਸਤੋ ਆਪਾਂ ਇਸ ਨੂੰ ਕੰਪਲੀਟ ਰੀਡ ਕਰਾਂਗੇ, ਬਟ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕਰਵਾ ਦਈਏ ਕਿ ਆਪਣਾ ਜਿਹੜਾ ਇੰਸਟਾਗ੍ਰਾਮ ਅਕਾਊਂਟ ਹੈ ਤੁਸੀਂ ਉਸ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਨਿਊਜ਼ ਪੇਪਰ ਵਾਲੀ ਜਿੰਨੀ ਵੀ ਵੈਕੰਸੀ ਹੁੰਦੀ ਹੈ ਦੋਸਤੋ, ਸਾਰਿਆਂ ਦੀ ਕਟਿੰਗ ਤੁਹਾਨੂੰ ਆਪਣੇ ਇੰਸਟਾ ਅਕਾਊਂਟ 'ਤੇ ਅਵੇਲੇਬਲ ਰਹੇਗੀ। ਸੋ ਦੋਸਤੋ ਤੁਸੀਂ ਕਦੇ ਵੀ ਜਾ ਕੇ ਉਹ ਕਟਿੰਗ ਡਾਊਨਲੋਡ ਕਰ ਸਕਦੇ ਹੋ, ਵੇਖ ਸਕਦੇ ਹੋ, ਅਤੇ ਚੰਗਾ ਲੱਗੇ ਦੋਸਤੋ ਇੰਸਟਾ ਨੂੰ ਫੋਲੋ ਵੀ ਕਰ ਸਕਦੇ ਹੋ। ਤਾਂ ਚਲੋ ਦੋਸਤੋ ਇਸ ਨੋਟੀਫਿਕੇਸ਼ਨ ਨੂੰ ਜਿਹੜਾ ਹੈ ਡਾਊਨਲੋਡ ਆਪਾਂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੋਸਤੋ ਇਸ 'ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਹ ਨੋਟੀਫਿਕੇਸ਼ਨ ਡਾਊਨਲੋਡ ਹੋਣਾ ਸਟਾਰਟ ਹੋ ਜਾਏਗਾ। ਇਹ ਤੁਹਾਡੇ ਨੈੱਟ ਦੀ ਸਪੀਡ 'ਤੇ ਹੋਏਗਾ ਦੋਸਤੋ ਕਿ ਕਿੰਨੀ ਛੇਤੀ ਡਾਊਨਲੋਡ ਹੋ ਜਾਂਦਾ। ਅਤੇ ਇੱਥੋਂ ਇਹ ਨੋਟੀਫਿਕੇਸ਼ਨ ਆਪਾਂ ਜਿਹੜਾ ਹੈ ਰੀਡ ਕਰ ਲੈਂਦੇ ਹਾਂ। ਤੁਸੀਂ ਦੇਖ ਸਕਦੇ ਦੋਸਤੋ ਇਹਨਾਂ ਨੇ ਫੇਰ ਆਫੀਸ਼ੀਅਲ ਜਿਹੜਾ ਹੈ ਉਹ ਸ਼ੋਰਟ ਨੋਟਿਸ ਹੀ ਇਹਨਾਂ ਨੇ ਹਾਲੇ ਦਿੱਤਾ ਹੈ। ਜਿਹੜਾ ਇਹਨਾਂ ਦਾ ਲੌਂਗ ਨੋਟੀਫਿਕੇਸ਼ਨ ਹੋ ਸਕਦਾ ਦੋਸਤੋ ਕੱਲ੍ਹ ਆ ਜਾਏ, ਕਿਉਂਕਿ 15 ਅਗਸਤ ਅਤੇ 16 ਅਗਸਤ ਦੋ ਛੁੱਟੀਆਂ ਸੀ। ਸੋ ਅੱਜ 17 ਅਗਸਤ ਨੂੰ ਇਹਨਾਂ ਨੇ ਸਿਰਫ ਸ਼ੋਰਟ ਨੋਟਿਸ ਹੀ ਜਾਰੀ ਕੀਤਾ ਹੈ। ਹੋ ਸਕਦਾ ਦੋਸਤੋ ਕੱਲ੍ਹ 18 ਅਗਸਤ ਜਾਂ ਫਿਰ 20 ਅਗਸਤ ਨੂੰ ਹੀ ਇਹਨਾਂ ਦਾ ਲੌਂਗ ਨੋਟੀਫਿਕੇਸ਼ਨ ਹੈ ਜਿਹੜਾ ਉਹ ਸਟਾਰਟ ਹੋਏਗਾ 19 ਅਗਸਤ ਸ਼ਾਮ ਨੂੰ। ਹੋ ਸਕਦਾ, ਕਿਉਂਕਿ 19 ਅਗਸਤ ਨੂੰ ਜਿਹੜਾ ਲਾਈਨਮੈਨ ਦੀ ਭਰਤੀ ਦਾ ਨੋਟੀਫਿਕੇਸ਼ਨ ਸੀ ਉਹ ਚੇਂਜ ਹੋਏਗਾ। ਤਾਂ ਦੋਸਤੋ ਤੁਸੀਂ ਇੱਥੋਂ ਇਹਨਾਂ ਵੈਕੰਸੀਆਂ ਦੀ ਡਿਟੇਲ ਦੇਖ ਸਕਦੇ ਹੋ। ਜਿਹੜੇ ਕੈਂਡੀਡੇਟ ਕਹਿੰਦੇ ਸੀ ਐਵੇਂ ਹੀ ਉੱਲੂ ਬਣਾਉਂਦੇ ਹੋ, ਸਾਨੂੰ ਫੁੱਦੂ ਬਣਾਉਂਦੇ ਹੋ, ਤਾਂ ਬਈ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਆ ਗਿਆ। ਜੇ ਤੁਸੀਂ ਅਖਬਾਰ ਵਾਲੀ ਕਟਿੰਗ 'ਤੇ ਨਹੀਂ ਯਕੀਨ ਕਰਨਾ ਕੋਈ ਗੱਲ ਨਹੀਂ, ਆਫੀਸ਼ੀਅਲ ਨੋਟੀਫਿਕੇਸ਼ਨ ਦੇਖ ਸਕਦੇ ਹੋ। ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਤੁਹਾਨੂੰ ਇਹ ਨੋਟੀਫਿਕੇਸ਼ਨ ਅਵੇਲੇਬਲ ਰਹੇਗਾ। ਇੱਥੇ ਦੋਸਤੋ ਪੋਸਟਾਂ ਉਹੀ ਸੇਮ ਦੱਸੀਆਂ ਗਈ ਹੈ, ਅਤੇ ਜਿਹੜੀ ਲਾਈਨਮੈਨ ਦੀ ਪੋਸਟ ਹੈ ਦੋਸਤੋ ਉਹ ਲੌਂਗ ਨੋਟੀਫਿਕੇਸ਼ਨ ਵਿੱਚ ਹੀ ਐਡ ਹੋਣਗੀਆਂ, ਕਿਉਂਕਿ ਹਾਲੇ ਉਹ ਨੋਟੀਫਿਕੇਸ਼ਨ ਚੇਂਜ ਨਹੀਂ ਹੋਇਆ, ਉਹਦਾ ਕ੍ਰਾਈਟੇਰੀਆ ਵੀ ਚੇਂਜ ਨਹੀਂ ਹੋਇਆ। ਨਾਲੇ ਦੋਸਤੋ ਇਹਨਾਂ ਵੈਕੰਸੀਆਂ ਦਾ ਜਿਹੜਾ ਡਿਵਾਈਡੇਸ਼ਨ ਰਹੇਗਾ ਉਹ ਵੀ ਲੌਂਗ ਨੋਟੀਫਿਕੇਸ਼ਨ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ। ਸ਼ੋਰਟ ਨੋਟੀਫਿਕੇਸ਼ਨ ਵਿੱਚ ਇਹ ਡਿਵਾਈਡੇਸ਼ਨ ਜਿਹੜਾ ਹੈ ਉਹ ਨਹੀਂ ਸ਼ੋ ਹੁੰਦਾ। ਠੀਕ ਹੈ ਜੀ, ਤਾਂ ਇਹ ਸੀ ਇਹਨਾਂ ਦਾ ਆਫੀਸ਼ੀਅਲ ਲੇਟੈਸਟ ਅਪਡੇਟ। ਜੇ ਨਿਊਜ਼ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਦੋਸਤੋ। ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।